ਈਸਾਂ ਦਾ ਅਧਿਲਾ ਦਿਨ 88 ਸੀ ਕਿ ਇੱਕ ਮੀਟਿੰਗ ਲਈ ਕੀ ਹੈ ਕੱਲ ਸਾਰਿਆਂ ਨੂੰ ਪਤਾ ਤੁਸੀਂ ਮੀਡੀਆ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਲੋਕਾਂ ਨੇ ਦੇਖਿਆ ਸੀ ਅਖਬਾਰਾਂ 'ਚ ਵੀ ਆਇਆ ਹੈ ਅੱਜ ਕਿ ਕੱਲ ਸਾਡੀ ਜਿਹੜੀ ਕੇਂਦਰੀ ਜਿਲ੍ਹੇ ਗੁਰਦਾਸਪੁਰ ਦੇ ਵਿੱਚ ਕੁਝ ਲੜਾਈ ਝਗੜਾ ਹੋਇਆ ਸੀ ਕੈਦੀਆਂ ਦਾ ਉਹਨਾਂ ਨੇ ਕਾਫੀ ਉੱਤੇ ਤੋੜ-ਫੋੜ ਵੀ ਕੀਤੀ ਸਾਡੇ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਆਸ-ਪਾਸ ਦੇ ਜ਼ਿਲ੍ਹਿਆਂ ਦੀ ਪੁਲਿਸ ਵੀ ਬੁਲਾਈ ਗਈ ਸੀ ਉਹਦੇ ਵਿੱਚ ਕਾਫੀ ਸੀਨੀਅਰ ਅਫਸਰ ਪੁਲਿਸ ਦੇ ਉੱਤੇ ਪਹੁੰਚੇ ਸੀ ਮੈਂ ਤੇ ਮੇਰੀ ਸਾਰੀ ਟੀਮ ਉੱਥੇ ਮੌਜੂਦ ਸੀ ਤੇ ਕਾਫੀ ਦੇਰ ਬਾਅਦ ਉਹਨਾਂ ਨਾਲ ਕੈਦੀਆਂ ਨਾਲ ਗੱਲਬਾਤ ਕਰਕੇ ਜਿਹੜਾ ਮੌਕੇ ਨੂੰ ਸੰਭਾਲ ਲਿਆ ਗਿਆ ਸੀਗਾ ਕੁਝ ਸਾਡੇ ਮੁਲਾਜ਼ਮ ਸੀਗੇ ਪੁਲਿਸ ਦੇ ਵੀ ਤੇ ਕੁਝ ਉੱਥੇ ਬੰਦ ਜਿਹੜੇ ਕੈਦੀ ਸੀ ਉਹਨਾਂ ਨੂੰ ਸੱਟਾਂ ਵੀ ਆਈਆਂ ਸੀ ਜਿੰਨਾਂ ਦਾ ਜਿਹੜਾ ਇਲਾਜ ਹੈ ਉਹ ਚੱਲਦਾ ਪਿਆ ਹੈਗਾ ਸ਼ਾਮ ਨੂੰ ਜਦੋਂ ਗੱਲਬਾਤ ਹੋਈ ਕੈਦੀਆਂ ਨਾਲ ਉਹਨਾਂ ਦੀਆਂ ਸਮੱਸਿਆਵਾਂ ਨੂੰ ਅਸੀਂ ਸੁਣਿਆ ਤੇ ਉਹਨਾਂ ਨੇ ਕੁਝ ਆਪਣੇ ਪੁਆਇੰਟਸ ਰੱਖੇ ਸੀ ਜਿਹੜੇ ਉਹਨਾਂ ਦੇ ਜੈਨੂਇਨ ਪੁਆਇੰਟਸ ਹੈ ਉਹਨਾਂ ਨੂੰ ਕਨਸੀਡਰ ਕੀਤਾ ਜਾ ਰਿਹਾ ਹੈਗਾ ਇਹ ਸਾਰਾ ਜਿਹੜਾ ਇਨਸੀਡੈਂਟ ਹੈ ਇਹ ਕਿਉਂ ਹੋਇਆ ਕਿੰਨਾ ਕਾਰਨਾਂ ਕਰਕੇ ਹੋਇਆ ਕੌਣ ਕੌਣ ਲੋਕ ਇਹਦੇ ਵਿੱਚ ਰਿਸਪੌਂਸੀਬਲ ਸੀ ਭਾਵੇਂ ਉਹ ਇਨਵਿਟ ਸੀ ਜਾਂ ਸਾਡੇ ਜਿਹੜੇ ਆਫੀਸਰ ਸੀਗੇ ਤੇ ਅਗਾਹ ਤੋਂ ਇਸ ਤਰ੍ਹਾਂ ਦਾ ਜਿਹੜਾ ਹਾਦਸਾ ਹੈ ਜਾਂ ਇਸ ਤਰ੍ਹਾਂ ਦਾ ਇਨਸੀਡੈਂਟ ਹੈ ਉਹ ਨਾ ਹੋਵੇ ਉਹਦੇ ਲਈ ਕੀ ਮੀਜਰਸ ਲਏ ਜਾ ਸਕਦੇ ਆ ਇਹਦੇ ਲਈ ਮੇਰੇ ਵੱਲੋਂ ਸਰਕਾਰ ਦੀ ਪ੍ਰਵਾਨਗੀ ਉਪਰੰਤ ਇੱਕ ਮੈਜਿਸਟ੍ਰੀਅਲ ਇਨਕੁਆਇਰੀ ਜਿਹੜੀ ਆਰਡਰ ਕੀਤੀ ਗਈ ਹੈ ਜਿਸ ਨੂੰ ਐਸ.ਟੀ.ਐਮ ਸਾਹਿਬ ਜਿਹੜਾ ਸੰਪੂਰਨ ਕਰਨਗੇ ਉਹਨਾਂ ਨੇ ਅੱਜ ਤੋਂ ਹੀ ਜਿਹੜੀ ਇਨਕੁਆਇਰੀ ਹੈ ਉਹ ਸ਼ੁਰੂ ਵੀ ਕਰ ਦਿੱਤੀ ਹੈ ਮੈਂ ਉਹਨਾਂ ਨੂੰ 3 ਦਿਨਾਂ ਦਾ ਸਮਾਂ ਦਿੱਤਾ ਹੈਗਾ ਪਰ ਹੋ ਸਕਦਾ ਹੈ ਕਿਉਂਕਿ ਕਾਫੀ ਲੋਕਾਂ ਦੇ ਇਹਦੇ ਵਿੱਚ ਬਿਆਨ ਹੋਣਗੇ ਕਾਫੀ ਜਿਹੜੇ ਸਬੂਤ ਦਸਤਾਵੇਜ਼ ਇਸ ਇਨਕੁਆਇਰੀ ਵਿੱਚ ਲੱਗਣਗੇ ਜੇ ਕੁਝ ਜ਼ਿਆਦਾ ਸਮਾਂ ਉਹਨਾਂ ਨੇ ਮੰਗਿਆ ਤਾਂ ਉਹਨਾਂ ਨੂੰ ਕੁਝ ਵਾਧੂ ਸਮਾਂ ਵੀ ਦੇ ਕੇ ਅਸੀਂ ਇਸ ਇਨਕੁਆਇਰੀ ਨੂੰ ਤੁਰੰਤ ਤੋਂ ਤੁਰੰਤ ਪੂਰਾ ਕਰਵਾਉਣਗੇ ਇਸ ਦੇ ਨਾਲ ਹੀ ਅਸੀਂ ਜੇਲ੍ਹ ਦੇ ਵਿੱਚ ਇੱਕ ਤਿੰਨ ਮੈਂਬਰੀ ਡਾਕਟਰਾਂ ਦੀ ਟੀਮ ਵੀ ਅਪਾਇੰਟ ਕੀਤੀ ਹੈ ਕਿਉਂਕਿ ਸਾਨੂੰ ਇਹ ਬਹੁਤ ਸੁਣਨ ਨੂੰ ਆ ਰਿਹਾ ਸੀ ਕਿ ਕੈਦੀਆਂ ਨੂੰ ਕੁਝ ਸਮੱਸਿਆਵਾਂ ਆਉਂਦੀਆਂ ਤੇ ਜਦੋਂ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤੇ ਉੱਥੇ ਉਹਨਾਂ ਨੂੰ ਪੂਰਾ ਇਲਾਜ ਜਾਂ ਪੂਰੀ ਤਸੱਲੀ ਨਹੀਂ ਮਿਲਦੀ ਤੇ ਅਸੀਂ ਇੱਕ ਸਰਜਨ ਇੱਕ ਮੈਡੀਸਨ ਦੇ ਡਾਕਟਰ ਤੇ ਇੱਕ ਆਰਥੋ ਦੇ ਡਾਕਟਰ ਦੀ ਜਿਹੜੀ ਇੱਕ ਟੀਮ ਉੱਥੇ ਲਾਈ ਹੈ ਜੋ ਅਗਲੇ ਇੱਕ ਹਫ਼ਤੇ ਤੱਕ ਰੈਗੂਲਰ ਜੇਲ੍ਹ ਵਿਜ਼ਿਟ ਕਰਨਗੇ ਤੇ ਜਿਹੜੇ ਵੀ ਕੈਦੀਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਉਥੇ ਉਹਨਾਂ ਦੀ ਸਮੱਸਿਆ ਨੂੰ ਦੂਰ ਕਰਨਗੇ ਉਹਨਾਂ ਨੂੰ ਦਵਾਈਆਂ ਜਾਂ ਉਹਨਾਂ ਦਾ ਜਿਹੜਾ ਕੋਈ ਟੈਸਟ ਹੋਣਾ ਹੈ ਉਹ ਜ਼ਰੂਰ ਕਰਵਾਣਗੇ ਜੇ ਲੇਡੀਜ਼ ਸਾਡੇ ਉੱਥੇ ਜਿਹੜੀ ਕੈਦੀਆਂ ਨੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਤੇ ਇੱਕ ਗਾਇਨਾਕੋਲੋਜਿਸਟ ਵੀ ਅਸੀਂ ਉਹਨਾਂ ਨੂੰ ਕਿਹਾ ਹੈ ਕਿ ਸਰਵਲ ਸਰਜਨ ਸਾਹਿਬ ਨੂੰ ਕਿਹਾ ਕਿ ਉੱਥੇ ਉਹ ਪੇਜਣਗੇ ਤਾਂ ਹੁਣ ਜਿਹੜੀ ਸਥਿਤੀ ਹੈ ਉਹ ਪੂਰੀ ਤਰ੍ਹਾਂ ਅੰਡਰ ਕੰਟਰੋਲ ਹੈ ਅੱਜ ਜੇਲ੍ਹ ਦੇ ਵਿੱਚ ਸਾਡੇ ਅਫਸਰ ਗਏ ਸੀਗੇ ਉੱਥੇ ਬਿਲਕੁਲ ਸਥਿਤੀ ਜਿਹੜੀ ਹੈ ਸਮਾਨ ਹੈ ਕੈਦੀ ਵੀ ਆਪਣੇ ਬੈਰਕਾਂ ਦੇ ਵਿੱਚ ਹੈਗੇ ਤੇ ਜੇ ਆਸ ਕਰਦੇ ਆਂਗਾ ਤਾਂ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਉਤਪੰਨ ਨਹੀਂ ਹੋਵੇਗੀ ਤਾਂ ਲੋਕਾਂ ਨੂੰ ਵੀ ਇਸ ਚੀਜ਼ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ। ਸੰਪਰਕ ਕਰੋ।